ਦੇਖ ਘਟਾ ਛਾ ਜਾਵੇ ਹੂਟਾ ਦੇ ਜੋਨੀ ਹੂਟਾ ਦੇ ਜੋਨੀ ਨੱਕ ਹੁਲਾਰੇ ਖਾਏ ਹੂਟਾ ਦੇ ਜੋਨੀ ਲੜਕੇ ਚਾਰ ਤਾਣਾ ਤਣਿਆ ਕਿਸੇ ਨੇ ਤੂੰ ਮੁੱਕ ਗਏ ਤਾਣੇ ਦਰੀਆਂ ਮੁੱਕ ਗਈਆਂ ਨਾਲੇ ਮੁੱਕ ਗਏ ਤਾਣੇ ਮੁੱਕ ਗਏ ਨੀ ਉੱਚੇ ਟਿਵੇ ਮੈਂ ਤਾਂ ਤੜਦੀ ਉੱਚੇ ਟਿਵੇ ਮੈਂ ਤਾਣਾ ਤੜਦੀ ਧਾਗੇ ਟੁੱਟ ਗਏ ਚਾਰ ਮੈਂ ਧਾਗੇ ਟੁੱਟ ਗਏ ਚਾਰ ਨੰਦਪੁਰੀ ਆਏ ਵੀ ਇੱਕ ਮੇਰੀ ਨੰਦਪੁਰੀ ਦੋਈਆ ਠਾਣੇਦਾਰ ਇੱਕ ਮੇਰੀ ਨੰਦਪੁਰੀ ਕੱਢਣ ਦੇ ਲਈ ਤੁਸੀਂ ਸਾਡੇ ਵਿਚਕਾਰ ਪਹੁੰਚੇ, ਇਸ ਤੀਆਂ ਦੀ ਰੌਣਕ ਨੂੰ ਵਧਾਇਆ, ਆਪਣਾ ਆਸ਼ੀਰਵਾਦ ਦਿੱਤਾ ਤੇ ਸਾਡੇ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਆਈ ਤੁਹਾਡੇ ਆਉਣ ਦੇ ਨਾਲ।
ਆਮ ਆਦਮੀ ਪਾਰਟੀ ਦੇ CM ਸਾਹਿਬ ਔਰ ਸਾਰੀ ਸਰਕਾਰ ਦੇ ਨੁਮਾਇੰਦੇ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਖੇਡਾਂ ਦੇ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੱਭਿਆਚਾਰਕ ਮੇਲੇ ਆ ਉਹਨਾਂ ਨੂੰ ਮੁੜ ਜੀਵਿਤ ਕਰਨ ਲਈ ਸਾਰੇ ਹੀ ਜਿਹੜੇ ਸਾਡੇ ਅਗਾਂਹ ਵਧੂ ਵਿਚਾਰਾਂ ਵਾਲੇ ਸਾਡੇ ਪਰਿਵਾਰ ਦੇ ਸਦੱਸ ਹਨ ਉਹ ਚਾਹੁੰਦੇ ਆ ਕਿ ਅਸੀਂ ਅਮੀਰ ਵਿਰਾਸਤ ਨੂੰ ਅੱਗੇ ਭੇਜੀਏ, ਲੈ ਕੇ ਜਾਈਏ, ਬੱਚਿਆਂ ਨੂੰ ਉਹਨਾਂ ਤਿਉਹਾਰਾਂ ਨਾਲ ਉਹਨਾਂ ਮੇਲਿਆਂ ਨਾਲ ਜਾਗਰੂਕ ਕਰਾਈਏ ਔਰ ਜਾਣੂ ਕਰਾਈਏ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਇਸ ਨੂੰ ਅੱਗੇ ਵਧਾਉਣ ਲਈ ਇਹੀ ਇੱਕ ਜ਼ਰੀਆ ਹੈ ਕਿ ਅਸੀਂ ਇਹਨਾਂ ਤਿਉਹਾਰਾਂ ਨੂੰ ਇਹਨਾਂ ਮੇਲਿਆਂ ਨੂੰ ਇੰਨੀ ਹੀ ਉਤਸ਼ਾਹ ਨਾਲ ਜੋਸ਼ ਨਾਲ ਮਨਾਈਏ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਅੰਦਰ ਇਸ ਭਾਵਨਾ ਨੂੰ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਇਹਨਾਂ ਜਿਹੜੀਆਂ ਸਾਡੀ ਅਮੀਰ ਵਿਰਾਸਤ ਹੈ, ਸੰਸਕ੍ਰਿਤੀ ਆ, ਉਹਨੂੰ ਅੱਗੇ ਲੈ ਕੇ ਜਾਈਏ। ਬਹੁਤ ਹੀ ਵਧੀਆ ਪ੍ਰੋਗਰਾਮ ਸੀ, ਗਿੱਧੇ ਭੰਗੜੇ ਬੋਲੀਆਂ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਔਰ ਵਿਸ਼ੇਸ਼ ਪੇਸ਼ਕਾਰੀ ਸੀ ਸਾਡੇ ਕਲਾਕਾਰਾਂ ਦੀ ਔਰ ਬਹੁਤ ਅੱਛਾ ਲੱਗਿਆ, ਬੜਾ ਇੰਜੋਏ ਕੀਤਾ। ਬਿਲਕੁਲ ਜੀ, ਸੱਗੀ ਫੁੱਲ ਮੈਡਮ ਨੇ ਟਿੱਕਾ ਲਾਇਆ ਹੋਇਆ, ਪਿੱਪਲ ਪੱਤੀਆਂ ਪਾਈਆਂ ਹੋਈਆਂ ਤਾਂ ਇਹ ਸਾਰੀਆਂ ਸਾਡੇ ਜਿਹੜੀ ਪੁਰਾਣੀ ਕਲਚਰ ਆ ਉਹਨੂੰ ਰਿਵਾਈਵ ਕਰ ਰਿਹਾ ਔਰ ਸਾਡੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਫਿਰ ਤੋਂ ਯੂਜ਼ ਕਰੀਏ, ਅੱਗੇ ਲੈ ਕੇ ਜਾਈਏ ਔਰ ਸਾਡੇ ਜਿਹੜੇ ਬੱਚੇ ਆ ਆਉਣ ਵਾਲੀ ਪੀੜ੍ਹੀ ਆ ਇਹਨਾਂ ਚੀਜ਼ਾਂ ਤੋਂ ਸਿੱਖੇ ਔਰ ਅੱਗੇ ਵੀ ਇਸੇ ਤਰ੍ਹਾਂ ਉਹ ਵੀ ਸਾਡੇ ਤੋਂ ਸਿੱਖ ਕੇ ਨੈਕਸਟ ਜਨਰੇਸ਼ਨਸ ਨੂੰ ਇਹ ਸਾਡੀ ਕਲਚਰ ਨੂੰ ਅੱਗੇ ਪਾਸ ਹੋਣ ਕਰ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਬਟਾਲੇ ਦੇ ਜਿੰਨੇ ਵੀ ਸਰੋਤੇ ਵੇਖ ਰਹੇ ਨੇ, ਸਾਡੇ ਆਪਣੇ ਵੇਖ ਰਹੇ ਨੇ, ਪੰਜਾਬ ਦੇ ਵੇਖ ਰਹੇ ਨੇ, ਸਾਰਿਆਂ ਨੂੰ ਮੈਂ ਸਾਉਣ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ। ਕਹਿੰਦੇ ਨੇ ਸਾਡੀ ਮਾਣ ਪੰਜਾਬਣ, ਗਿੱਧਿਆਂ ਦੀ ਸ਼ਾਨ ਪੰਜਾਬਣ, ਦੂਰੋਂ ਜਾਵੇ ਪਹਿਚਾਣੀ ਪੰਜਾਬਣ। ਵੇਖੋ ਜੀ, ਕੁੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ, ਟਿੱਕੇ ਲਾਏ ਹੋਏ ਨੇ, ਪੰਜਾਬੀ ਸੂਟ ਪਾਏ ਹੋਏ ਨੇ, ਫੁਲਕਾਰੀਆਂ ਲਈਆਂ ਹੋਈਆਂ ਨੇ। ਵੇਖੋ, ਅਸੀਂ ਆਪਣੇ ਜਿਹੜੇ ਸਾਡੇ ਵੱਡੇ ਨੇ ਅਸੀਂ ਉਹਨਾਂ ਕੋਲ ਬੜਾ ਕੁਛ ਸਿੱਖਿਆ ਹੈ, ਅਸੀਂ ਆਪਣੇ ਮਾਵਾਂ ਕੋਲ ਬੜਾ ਕੁਛ ਸਿੱਖਿਆ ਹੈ, ਮੈਂ ਆਪਣੀ ਸੱਸ ਮਾਂ ਕੋਲ ਬਹੁਤ ਕੁਛ ਸਿੱਖਿਆ ਹੈ ਜੀ। ਕਹਿੰਦੇ ਆ ਜੀ, ਵੱਧਦੀ ਹੋਈ ਉਮਰ ਜਿਹੜੀ ਨਾ ਆਪਣੇ ਨਾਲ ਬਹੁਤ ਕੁਛ ਮਿੱਟੀ ਲਈ ਜਾਂਦੀ ਹੈ। ਸਾਡਾ ਬਚਪਨ, ਜਵਾਨੀ, ਗਰੂਰ, ਬੇਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਜੀ, ਬੱਚਿਆਂ ਵਾਲੀ ਜਿੱਦ ਕਰਦੇ ਕਰਦੇ ਕਦੋਂ ਸਾਨੂੰ ਸਭ ਕੁਛ ਸਹਿਣਾ ਆ ਜਾਂਦਾ ਹੈ, ਅੱਲਣ ਪੁਣੇ ਦਾ ਤਾਂ ਪਤਾ ਨਹੀਂ ਲੱਗਦਾ ਕਿੱਥੇ ਲੈ ਜਾਂਦੀ ਹੈ ਵੱਧਦੀ ਹੋਈ ਉਮਰ, ਹੈ ਨਾ। ਜ਼ਿੰਮੇਵਾਰੀਆਂ ਨਾਲ ਇਹੋ ਜਿਹੀ ਸਾਂਝ ਪੈ ਜਾਂਦੀ ਜਿਹੜੀ ਮਰਦੇ ਦਮ ਤੱਕ ਨਹੀਂ ਮੁੱਕਦੀ ਹੈਗੀ। ਵਾਹ ਵਰੋਲੇ ਵਾਂਗੂ ਉੱਡਣ ਵਾਲਾ ਬੰਦਾ ਵੇਖੋ ਜੀ ਆਪਣੇ ਆਪ ਨੂੰ ਸੰਭਾਲਣ ਲਈ ਵੀ ਅਸਮਰਥ ਹੋ ਜਾਂਦਾ ਹੈ, ਹੈ ਨਾ, ਪਿੰਜਰੇ ਦੇ ਵਿੱਚ ਕੈਦ ਪਰਿੰਦੇ ਵਾਂਗੂ ਆਪਣੇ ਆਖਰੇ ਜਿਹੜੇ ਪਲ ਗੁਜ਼ਾਰਦਾ। ਇਸ ਕਰਕੇ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਇਹਦੇ ਛੋਟੇ ਛੋਟੇ ਪਲਾਂ ਨੂੰ ਇੰਜੋਏ ਕਰਕੇ ਗੁਜ਼ਾਰਨਾ ਚਾਹੀਦਾ ਹੈ, ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕਰਨਾ ਚਾਹੀਦਾ। MLA ਸਾਹਿਬ ਦੀ ਤਾਂ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿੱਥੇ ਵੀ ਸਾਨੂੰ ਪੰਜਾਬੀ ਵਿਰਸੇ ਵਾਸਤੇ ਅੱਗੇ ਆਉਣਾ ਪਵੇ ਅਸੀਂ ਹਮੇਸ਼ਾ ਵੱਧ ਚੜ੍ਹ ਕੇ ਅੱਗੇ ਆਵਾਂਗੇ। ਬਹੁਤ ਕੀਤਾ ਜੀ। ਬੋਲੀ ਕਿਹੜੀ ਸਹੀ ਲੱਗੀ ਤੁਹਾਨੂੰ ਜਿੱਥੇ ਤੁਸੀਂ ਕਿਦਾਂ ਪਾਇਆ? ਸਾਰੀਆਂ ਬੋਲੀਆਂ ਵਧੀਆ ਹੈ ਜੀ, ਬੋਲੀ ਅਸੀਂ ਕੋਈ ਵੀ ਨਹੀਂ ਮਾੜੀ ਕਹਿ ਸਕਦੇ, ਸਾਰੀਆਂ ਬੋਲੀਆਂ ਵਧੀਆ ਨੇ, ਸਾਡੇ ਪੰਜਾਬੀ ਕਲਚਰ ਨੂੰ ਦਰਸਾਉਂਦੀਆਂ ਨੇ ਜੀ। ਧੰਨਵਾਦ ਜੀ।